ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਕੁਝ ਗੱਲਾਂ ਸਿੱਧੀਆਂ ਦਿਲ ਤੇ ਲੱਗ ਜਾਂਦੀਆਂ ਨੇ। ਅਸੀਂ ਅਕਸਰ ਕਹਿੰਦੇ ਨੇ ਧੀਆਂ ਬਗਾਨਾ ਧਨ ਹੈ, ਪੁੱਤ ਹੋਵੇ ਤਾਂ ਲੱਡੂ ਵੰਡੇ ਜਾਂਦੇ ਨੇ, ਧੀਆਂ ਹੋਣ ਤਾਂ ਮੱਥੇ ਵੱਟ ਪੈ ਜਾਂਦੇ ਨੇ। ਅੱਜ ਵੀ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜੋ ਅਜਿਹੀਆਂ ਹਰਕਤਾਂ ਕਰਦੇ ਨੇ। ਅੱਜ ਵੀ ਉਹ ਦਿਨ ਦੇਖਣਾ ਪੈਂਦਾ ਹੈ ਜਦੋਂ ਹਸਪਤਾਲਾਂ ਵਿੱਚੋਂ ਬੱਚਿਆਂ ਦੇ ਭਰੂਣ ਮਿਲਦੇ ਨੇ ਅਤੇ ਉਹਨਾਂ ਹਸਪਤਾਲਾਂ ਨੂੰ ਸੀਲ ਕਰ ਦਿੱਤਾ ਜਾਂਦਾ ਹੈ। ਅੱਜ ਵੀ ਅਜਿਹੀਆਂ ਮਾਵਾਂ ਹੈ ਨੇ ਜਿਹੜੀਆਂ ਧੀਆਂ ਜੰਮ ਕੇ ਸੜਕਾਂ ਉੱਤੇ ਸੁੱਟ ਆਉਂਦੀਆਂ ਨੇ। ਇੱਕ ਸੱਚੀ ਕਹਾਣੀ ਤੁਹਾਡੇ ਰੂਬਰੂ ਕਰਨ ਚੱਲੇ ਹਾਂ, ਇੱਕ ਧੀ ਦੀ, ਤੇ ਉਸ ਤੋਂ ਬਾਅਦ ਉਸਦਾ ਕੀ ਬਣਿਆ, ਆਓ ਦੇਖਦੇ ਹਾਂ। ਕਹਿੰਦਾ ਜੀ ਮੈਨੂੰ ਆਪਣੀ ਬੇਟੀ ਦਾ ਸਰਟੀਫਿਕੇਟ ਚਾਹੀਦਾ, ਤਾਂ ਪ੍ਰਿੰਸੀਪਲ ਸਾਹਿਬ ਨੇ ਇਦੋਂ ਤੋਸ਼ੇ ਕੀਤਾ ਬਈ ਤੂੰ ਆਪਣੀ ਬੇਟੀ ਨੂੰ ਅੱਗੇ ਕੀ ਕਰਵਾਉਣਾ ਚਾਹੁੰਦਾ। ਉਹ ਕਹਿੰਦਾ ਜੀ ਮੇਰੇ ਕਈ ਹੈਸੀਅਤ ਹੈ ਨੀ ਕਿ ਮੈਂ ਇਹਨੂੰ ਅੱਗੇ ਪੜ੍ਹਾ ਲਾਂ, ਮੇਰੇ ਕੋਲੇ ਤਾਂ ਕੁਛ ਪੈਸੇ ਜਮ੍ਹਾਂ ਹੈ, ਕੁਛ ਲੋਕਾਂ ਤੋਂ ਫੜ ਦੜ ਕੇ ਮੈਂ ਇਹਦਾ ਵਿਆਹ ਕਰ ਦੇਣਾ। ਬੇਟੀ ਲਾਇਕ ਸੀ, ਇੰਟੈਲੀਜੈਂਟ ਸੀ, ਤਾਂ ਪ੍ਰਿੰਸੀਪਲ ਸਾਹਿਬ ਨੇ ਜ਼ਿੰਮੇਵਾਰੀ ਲੈਣੀ, ਕਹਿੰਦਾ ਵੀ ਇਹਨੂੰ ਅੱਗੇ ਪੜ੍ਹਾਉਣ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੈ, ਜਿੱਥੋਂ ਤੱਕ ਇਹ ਬੇਟੀ ਪੜ੍ਹਨਾ ਚਾਹੁੰਦੀ ਹੈ ਪੜ੍ਹ ਸਕਦੀ ਹੈ। ਉਹ ਬੇਟੀ ਲਾਇਕ ਹੋਣ ਦੇ ਨਾਤੇ ਕਾਲਜਾਂ ਦੇ ਵਿੱਚ ਪੜ੍ਹੀ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹੀ, LLR ਦੇ ਕੋਰਸ ਕੀਤੇ। ਸਮਾਂ ਲੰਘਿਆ, ਸਾਲ ਲੰਘੇ, ਦਿਨ ਲੰਘੇ, ਇੱਕ ਦਿਨ ਏਦਾਂ ਦਾ ਆ ਗਿਆ ਜਿਹੜੀ ਬੇਟੀ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਸਾਹਿਬ ਨੇ ਲਈ ਸੀ ਨਾ, ਉਹ ਬੇਟੀ ਜੱਜ ਬਣ ਗਈ। ਉਹਨੇ ਜੱਜ ਦਾ ਅਹੁਦਾ ਸੰਭਾਲਿਆ, ਤਾਂ ਪ੍ਰਿੰਸੀਪਲ ਸਾਹਿਬ ਨੇ ਸੋਚਿਆ ਵੀ ਇੱਕ PM ਦੀ ਬੇਟੀ ਜੱਜ ਬਣੀ ਹੈ, ਕਿ ਉਹਨਾਂ ਸਾਰੇ ਪੇਰੈਂਟਸ ਨੂੰ ਸੱਦ ਕੇ ਟੀਚਰ ਸਾਹਿਬਾਨਾਂ ਨੂੰ ਅੱਗੇ ਬਿਠਾ ਕੇ ਇਸ ਬੇਟੀ ਦਾ ਕਾਲਜ ਦੀ ਸਟੇਜ ਦੇ ਉੱਪਰ ਮਾਣ ਸਨਮਾਨ ਕੀਤਾ ਜਾਵੇ, ਇਹਦੇ ਨਾਲ ਹੋਰ ਬੱਚਿਆਂ ਦਾ ਹੌਸਲਾ ਵੀ ਵਧੂਗਾ। ਜਦੋਂ ਉਸ ਬੇਟੀ ਦਾ ਕਾਲਜ ਦੀ ਸਟੇਜ ਦੇ ਉੱਪਰ ਮਾਣ ਸਨਮਾਨ ਹੋਇਆ, ਤਾਂ ਪ੍ਰਿੰਸੀਪਲ ਸਾਹਿਬ ਨੇ PA ਨੂੰ ਇੱਕ ਕੁਐਸਚਨ ਕੀਤਾ, ਕਹਿੰਦਾ ਜੀ ਤੁਹਾਡੀ ਬੇਟੀ ਅੱਜ ਜੱਜ ਬਣੀ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ। ਜਿਹੜਾ PA ਸੀ ਨਾ, ਉਹ ਰੋਣ ਲੱਗ ਪਿਆ, ਕਹਿੰਦਾ ਜੀ ਮੈਂ ਤਾਂ ਸਾਰੀ ਜ਼ਿੰਦਗੀ ਗੁਲਾਮੀ ਦੇ ਵਿੱਚ ਕੱਢਤੀ, ਕਿਤੇ ਟੀਚਰਾਂ ਨੂੰ ਪਾਣੀ ਫੜਾ ਦੇਣਾ ਤੇ ਕਿਤੇ ਕਾਗਜ਼ ਪੱਤਰ ਫੜਾ ਦੇਣੇ। ਅੱਜ ਮੇਰੇ ਘਰੇ ਵੀ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਪਰ ਜਿਹੜਾ ਇਹਦੇ ਬਚਪਨ ਦਾ ਸੱਚ ਹੈ, 30 ਸਾਲ ਪੁਰਾਣਾ ਸੱਚ ਹੈ, ਕਹਿੰਦਾ ਅੱਜ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨ ਲੱਗਾ। ਇਹ ਸੱਚ ਮੈਨੂੰ ਪਤਾ, ਮੇਰੇ ਘਰ ਵਾਲੀ ਨੂੰ ਪਤਾ, ਤੇ ਜਾਂ ਮੇਰੇ ਉਸ ਵਾਹਿਗੁਰੂ ਨੂੰ ਪਤਾ। ਇਹ ਸੱਚ ਮੇਰੀ ਧੀ ਨੂੰ ਵੀ ਨਹੀਂ ਪਤਾ ਜਿਹੜੀ ਅੱਜ ਜੱਜ ਬਣੀ ਹੈ। ਗੱਲ ਸੁਣਾਉਣ ਲੱਗਿਆ, ਜੇ ਗੱਲ ਤੁਹਾਡੇ ਸਮਝ ਆ ਗਈ ਨਾ ਤਾਂ ਤਾੜੀ ਫੇਰ ਮਾਰਿਓ ਜੋ। ਉਹ ਫਿਰ ਉੱਥੇ ਦੱਸਦਾ, ਕਹਿੰਦਾ ਮੈਂ ਸੱਚ ਕਹਾਣੀ ਦੱਸਦਾ ਹਾਂ, ਮੈਂ ਸੱਚ ਕਹਾਣੀ ਦੱਸਦਾ ਹਾਂ ਤੇ ਧੀਆਂ ਕਰਕੇ ਵੱਸਦਾ ਹਾਂ। ਇਹ ਰੱਬ ਵੱਲ ਮੂੰਹ ਕਰ ਹੱਸਦੀ ਸੀ ਤੇ ਗੂਠਾ ਜਾਂਦੀ ਚੱਪੀ ਸੀ, ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ, ਤੇ ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਕਹਿੰਦਾ ਫਿਰ ਮੈਂ ਸੋਚਿਆ ਜੇ ਇਹ ਬੇਟੀ ਕੁੱਤਿਆਂ ਦੇ ਮੂੰਹ ਆ ਜਾਂਦੀ, ਫਿਰ ਮੈਂ ਸੋਚਿਆ ਜੇ ਇਹ ਬੇਟੀ ਕੁੱਤਿਆਂ ਦੇ ਮੂੰਹ ਆ ਜਾਂਦੀ, ਉਹਨਾਂ ਨੋਚ ਦੇਣਾ ਸੀ ਕਮਲੀ ਨੂੰ ਤੇ ਹੋ ਜਾਣੀ ਸੀ ਜਾ ਜਾਂਦੀ, ਉਹਨਾਂ ਮਾਸ ਵੀ ਇਹਦਾ ਖਾਣਾ ਸੀ ਤੇ ਨਾ ਕੋਈ ਛੱਡਣੀ ਹੱਡੀ ਸੀ। ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਕਹਿੰਦਾ ਇਹਨਾਂ ਲੋਕਾਂ ਨੂੰ ਪਰਖ ਨਹੀਂ, ਨਾ ਫੁੱਲਾਂ ਦੀ ਨਾ ਕੰਡਿਆਂ ਦੀ, ਮੈਂ ਜ਼ਮੀਰਾਂ ਦੀ ਗੱਲ ਨਹੀਂ ਕਰਨੀ, ਇੱਥੇ ਸੋਚ ਹੀ ਮਰ ਗਈ ਬੰਦਿਆਂ ਦੀ, ਜੇ ਪੁੱਤ ਹੁੰਦਾ ਤਾਂ ਕਿਉਂ ਸੁਣਦੇ। ਓਏ ਗੱਲ ਫਿਰ ਮੇਰੇ ਤੇ ਵੱਜੀ ਸੀ, ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਕਹਿੰਦਾ ਪੁੱਤਰਾਂ ਵਾਲਿਓ ਤਸ ਕਰੋ, ਕਿਉਂ ਸੋਗ ਤੁਹਾਨੂੰ ਧੀ ਜੰਮੀ ਦਾ, ਇਹ ਨਿੱਘ ਭਾਲਦੀ ਮਮਤਾ ਦਾ,
ਤੇ ਸੁੱਧ ਭਾਰਦੀ ਅੰਮੀ ਦਾ ਮੈਂ ਚੱਕ ਕੇ ਸੀਨੇ ਲਾ ਲਈ ਸੀ, ਓਏ ਇਹਦੇ ਵਿੱਚ ਨੂੰ ਰੱਬੀ ਸੀ। ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਕਹਿੰਦਾ ਫਿਰ ਕੱਬਰ ਵੱਛੇ ਪਿੰਡ ਲੈ ਆਇਆ, ਸਭ ਘਰ ਵਾਲੀ ਨੂੰ ਦੱਸਿਆ ਸੀ, ਉਹਨੇ ਦੁੱਧ ਪਿਲਾਇਆ ਜਾਦੇ ਨੂੰ, ਰੱਬ ਲੱਕੀ ਸ਼ਾਦਾ ਹੱਸਿਆ ਸੀ। ਫਿਰ ਮੱਲ ਮਲਾਈ ਪੈਰਾਂ ਤੇ, ਉਹ ਲੱਤਾਂ ਮਾਰ ਕੇ ਰਗੜੀ ਅੱਡੀ ਸੀ। ਆ ਜਿਹੜੀ ਧੀ ਮੇਰੀ ਅੱਜ ਜੱਜ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ, ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ, ਤੇ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ। ਸੋ ਥੈਂਕ ਯੂ। ਜੀ ਹਾਂ ਗੁਰੂ ਪਿਆਰਿਓ, ਅਸੀਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ ਹਮੇਸ਼ਾ ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਰਾਜਾਨ, ਪਰ ਰਾਜਿਆਂ ਨੂੰ ਜੰਮਣ ਵਾਲੀ ਆਪ ਹੀ ਦਰ ਦਰ ਦੀਆਂ ਠੋਕਰਾਂ ਖਾਣ ਤੇ ਕਈ ਵਾਰ ਮਜਬੂਰ ਹੋਈ ਨਜ਼ਰ ਆਉਂਦੀ ਹੈ। ਆਪ ਹੀ ਕਦੀ ਕੂੜੇ ਦੇ ਢੇਰ ਉੱਤੇ, ਕਦੀ ਸੜਕ ਤੇ ਕਦੀ ਕੰਡੇਦਾਰ ਝਾੜੀਆਂ ਦੇ ਵਿੱਚ ਸੁੱਟੀ ਹੋਈ ਮਿਲਦੀ ਹੈ। ਅਜਿਹਾ ਕਰਨ ਤੋਂ ਪਹਿਲਾਂ ਇੱਕ ਵਾਰ ਉਹ ਕੰਮ ਸਰਬ ਇਹ ਵੀ ਨਹੀਂ ਸੋਚਦੇ ਕਿ ਨਿੱਕੀ ਜਿਹੀ ਜਾਨ ਹੈ, ਕਿੱਦਾਂ ਅਸੀਂ ਇਸ ਨੂੰ ਕੂੜੇ ਵਾਂਗ ਸੁੱਟ ਸਕਦੇ ਹਾਂ। ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ, ਜੇਕਰ ਅਜੇ ਵੀ ਕਿਸੇ ਦੇ ਜ਼ਹਿਨ ਦੇ ਵਿੱਚ ਅਜਿਹੇ ਖਿਆਲ ਆਉਂਦੇ ਨੇ ਕਿ ਧੀ ਹੋਈ ਹੈ, ਸਾਡੇ ਸਿਰ 'ਤੇ ਭਾਰ ਪੈ ਗਿਆ ਹੈ, ਅਸੀਂ ਇਹਨੂੰ ਨਹੀਂ ਸਾਂਭ ਸਕਦੇ, ਤਾਂ ਕਿਰਪਾ ਕਰਕੇ ਤੁਸੀਂ ਉਸ ਨੂੰ ਕਿਤੇ ਸੁੱਟੋ ਨਾ। ਜਾਂ ਤਾਂ ਸਾਡੇ ਚੈਨਲ ਨੂੰ ਸੰਪਰਕ ਕਰ ਸਕਦੇ ਹੋ, ਅਤੇ ਜਾਂ ਬਹੁਤ ਸਾਰੇ ਅਜਿਹੇ ਗੁਰੂ ਘਰ ਨੇ, ਆਸ਼ਰਮ ਨੇ, ਜਿੱਥੇ ਤੁਸੀਂ ਧੀਆਂ ਜਾ ਕੇ ਆਰਾਮ ਨਾਲ ਛੱਡ ਕੇ ਆ ਸਕਦੇ ਹੋ। ਘੱਟੋ ਘੱਟ ਉਹਨਾਂ ਧੀਆਂ ਦੀ ਸਾਂਭ ਸੰਭਾਲ ਹੋ ਸਕੇ, ਉਹਨਾਂ ਨੂੰ ਕਿਤੇ ਸੰਭਾਲਿਆ ਜਾ ਸਕੇ, ਓਟ ਆਸਰਾ ਮਿਲ ਸਕੇ, ਉਹਨਾਂ ਨੂੰ ਕੋਈ ਜਾਨਵਰ ਨੋਚ ਕੇ ਨਾ ਖਾਏ, ਉਹ ਬੇਮੌਤ ਮਾਰੀਆਂ ਨਾ ਜਾਣ। ਜੇਕਰ ਤੁਸੀਂ ਮੇਰੀਆਂ ਗੱਲਾਂ ਦੇ ਨਾਲ, ਮੇਰੀਆਂ ਭਾਵਨਾਵਾਂ ਦੇ ਨਾਲ ਥੋੜ੍ਹੀ ਜਿਹੀ ਵੀ ਸਹਿਮਤੀ ਰੱਖਦੇ ਹੋ, ਤਾਂ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰਿਓ ਕਿ ਹਰ ਇਨਸਾਨ ਤੱਕ ਇਹ ਵੀਡੀਓ ਪਹੁੰਚੇ, ਅਤੇ ਕੋਈ ਵੀ ਆਪਣੀ ਨਵਜਾਤ ਧੀ ਨੂੰ ਕਿਤੇ ਸੁੱਟਣ ਦੀ ਨਾ ਸੋਚੇ, ਜਾਂ ਢਿੱਡ 'ਚ ਕੁੱਖ 'ਚ ਮਾਰਨ ਦੀ ਨਾ ਸੋਚੇ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਤ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਟਰੱਸਟ ਆਫਿਸ ਦੇ ਵਿੱਚ ਭਾਈ ਸਾਹਿਬ ਫਰੀਦਕੋਟ ਤੋਂ ਆਏ ਨੇ, ਅਤੇ ਜਿਹੜੀ ਇਹਨਾਂ ਨੇ ਬਹੁਤ ਅਜੀਜ਼ ਗੱਲ ਦੱਸੀ ਹੈ ਤੇਲ ਦੇ ਸੰਦਰਭ ਦੇ ਵਿੱਚ, ਅਤੇ ਜਿਹੜਾ ਇਹਨਾਂ ਦੇ ਕੋਈ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਫਾਇਦਾ ਹੋਇਆ, ਉਹ ਗੱਲ ਬਹੁਤ ਵਧੀਆ ਜੀ, ਮੈਨੂੰ ਬੜੀ ਵਧੀਆ ਲੱਗੀ ਹੈ। ਅਤੇ ਆਪਾਂ ਭਾਈ ਸਾਹਿਬ ਉਹਨਾਂ ਨਾਲ ਗੱਲ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਤੁਸੀਂ ਤੇਲ ਲੈਣ ਆਏ ਹੋ, ਅਤੇ ਇਹ ਅੱਗੇ ਵੀ ਆਪਾਂ ਲੈ ਕੇ ਗਏ ਹੋ? ਅੱਛਾ, ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਕੋਈ ਭਰਜਾਈ ਸੀ ਬੀਬੀ ਜੀ ਹੋਣੀ। ਹਾਂਜੀ, ਇਹਦਾ ਬਾਈ ਜੀ ਕੀ ਹੋਇਆ ਸਿਸਟਮ, ਜਿਹੜਾ ਤੇਲ ਹੈ ਇਹਦਾ ਸਾਨੂੰ ਕੈਨੇਡਾ ਤੋਂ ਨੰਬਰ ਮਿਲਿਆ। ਅੱਛਾ ਜੀ, ਸਾਡੀ ਬੇਟੀ ਆ ਉੱਥੇ, ਉਹਨੇ ਸਾਨੂੰ ਇੱਥੋਂ ਨੰਬਰ ਭੇਜਿਆ, ਕਹਿੰਦੇ ਵੀ ਇਸ ਨੰਬਰ 'ਤੇ ਤੁਸੀਂ ਗੱਲ ਕਰੋ, ਅਤੇ ਅਸੀਂ ਇਸ ਨੰਬਰ 'ਤੇ ਜਦੋਂ ਆਏ ਇੱਥੇ ਤੇਲ ਲੈਣ, ਮੈਂ ਖੁਦ ਆਇਆ, ਮੇਰੀ ਛੋਟੀ ਭਰਜਾਈ ਦਾ ਗੋਡਾ ਬਦਲਣ ਵਾਲਾ ਸੀ ਡਾਕਟਰ ਸਾਹਿਬ, ਕਹਿੰਦੇ ਬਦਲ। ਅੱਛਾ, ਕਾਫੀ ਪੈਸੇ ਅਸੀਂ ਉਹਦੇ 'ਤੇ ਲਾਏ, ਇਲਾਜ ਕਰਵਾਇਆ, ਉਹਦਾ ਦੂਰਬੀਨ ਨਾਲ ਇਲਾਜ ਹੋਇਆ ਗੋਡੇ ਦਾ, ਪਰ ਗੋਡਾ ਠੀਕ ਨਹੀਂ ਹੋਇਆ। ਠੀਕ ਹੈ ਜੀ। ਤਾਂ ਜਦੋਂ ਅਸੀਂ ਇੱਥੇ ਆਏ ਅੰਦਰਲੀ ਦੁਕਾਨ 'ਤੇ, ਠੀਕ ਹੈ ਜੀ, ਤਾਂ ਉੱਥੋਂ ਅਸੀਂ ਤੇਲ ਲੈ ਕੇ ਗਏ, ਤਾਂ ਉਹ ਤੇਲ ਅਸੀਂ ਮਲਿਆ, ਉਹਦਾ ਕੀ ਰਿਜ਼ਲਟ ਹੋਇਆ ਵੀ ਅੱਜ ਉਹ ਜਨਾਨੀ ਮੱਝ ਦੀ ਧਾਰ ਕੱਢਦੀ ਆ ਛੋਟੀ ਜਿਹੀ ਪੀੜ੍ਹੀ 'ਤੇ ਬਹਿ ਕੇ। ਬਹੁਤ ਲੰਮਾ, ਵਜ਼ਨ ਬਹੁਤ ਜ਼ਿਆਦਾ ਆ। ਵੈਰੀ ਗੁੱਡ। 85-86 ਕਿਲੋ ਵਜ਼ਨ ਹੈ, ਤੇ ਫਿਰ ਵੀ ਉਹ ਗੋਡੇ ਦੀ ਕੋਈ ਨੌਬਤ ਨਹੀਂ। ਉਸ ਤੋਂ ਬਾਅਦ ਜਿਹੜੀ ਤੇਜ਼ਾਬ ਦੀ ਦਵਾਈ ਖਾਂਦੇ ਸੀ ਉਹ ਦਵਾਈ ਬੰਦ ਆ, ਦਰਦਾਂ ਦੀਆਂ ਦਵਾਈਆਂ ਤਾਂ ਬੰਦ ਆ।
ਤੇ ਗੋਡਾ ਜਿਹੜਾ ਹੈਗਾ ਬਿਲਕੁਲ ਤੁਸੀਂ ਦੱਸਿਆ ਵੀ ਉਹ ਧਾਰ ਚ ਆਉਂਦੇ ਨੇ ਬੀਬੀ ਜੀ ਧਾਰ ਕੱਢਦੇ ਆ ਜੀ ਹਾਂ ਘਰੇ ਆਪਣੇ ਠੀਕ ਹੈ ਜੀ ਤੇ ਸੰਗਤ ਜੀ ਇਹ ਬਾਈ ਜੀ ਹੁਣੀ ਫਰੀਦਕੋਟ ਤੋਂ ਨੇ ਜੀ ਕੀ ਨਾਂ ਕੀ ਆਪਣਾ ਸਰਦਾਰ ਮੇਰਾ ਨਾਮ ਬੂਟਾ ਸਿੰਘ ਜੀ ਬੂਟਾ ਸਿੰਘ ਸਰਦਾਰ ਚੁਗਾ ਸਿੰਘ ਨਗਰ ਫਿਰੋਜ਼ਪੁਰ ਰੋਡ ਫਰੀਦਕੋਟ ਦੇ ਰਿਹਾ ਠੀਕ ਹੈ ਜੀ ਅਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਜਿਹੜਾ ਟਰੱਸਟ ਨੇ ਉਹ ਤੇਲ ਤਿਆਰ ਕੀਤਾ ਸੀਗਾ ਉਹ ਸ਼ਾਇਦ ਕਈ ਭੈਣ ਭਰਾਵਾਂ ਨੂੰ ਲੱਗਦਾ ਸੀ ਭਾਈ ਸਾਹਿਬ ਕਹਿ ਦਿੰਦੇ ਵੀ ਜਿਹਨੇ ਗੋਡੇ ਬਦਲਾਉਣੇ ਆ ਉਹ ਪਹਿਲਾਂ ਤੇਲ ਵਰਤ ਕੇ ਦੇਖ ਲਓ ਹਾਂ ਪਰ ਜਿਹੜੀ ਤੁਸੀਂ ਹੁਣ ਗੱਲ ਜਿਹੜੇ ਸੰਦਰਭ 'ਚ ਦੱਸੀ ਹੈ ਬਈ ਉਹ ਤੇਲ ਵਾਕਈ ਬੀਬੀ ਜੀ ਹੁਣਾਂ ਦੇ ਫਿੱਟ ਬਹਿ ਗਿਆ ਤੇ ਹਾਂ ਲੋੜ ਨਹੀਂ ਪਈ ਬਦਲਦੀ ਤੇ ਅੱਜ ਆਪਾਂ ਜਿਹੜਾ ਲੈ ਕੇ ਚੱਲੇ ਆ ਇਹ ਅੱਜ ਆਪਾਂ ਮੈਂ ਆਪਦੇ ਘਰ ਤੁਹਾਡੇ ਦੱਸਿਆ ਲਾਉਣ ਵਾਸਤੇ ਚੂਕਣਾ ਡਾਕਟਰ ਸਾਹਿਬ ਕਹਿੰਦੇ ਬਦਲਣਾ ਪਊਗਾ ਹਾਂਜੀ ਇਹ ਜਿਹੜਾ ਤੇਲ ਆ ਬਾਈ ਜੀ ਇਹ 22 ਚੀਜ਼ਾਂ ਨਾਲ ਤਿਆਰ ਹੁੰਦਾ ਸਰੀਰ ਦੇ ਕਿਤੇ ਵੀ ਅੰਗ 'ਤੇ ਮੈਂ ਤਾਂ ਇੱਥੇ ਤੱਕ ਵੀ ਕਹੂੰਗਾ ਕਈ ਭੈਣਾਂ ਭਰਾਵਾਂ ਨੂੰ ਵੀ ਜਿਨ੍ਹਾਂ ਦੀਆਂ ਨਾੜੀਆਂ ਹਾਰਟ ਦੀਆਂ ਬਲੋਕ ਨੇ ਵੀ ਉਹ ਵੀ ਆਪਦੇ ਆਪਾਂ ਜਿਵੇਂ ਕਹਿ ਦਿੰਦੇ ਵੀ ਢੂਈ 'ਤੇ ਪਿੱਛੇ ਮਲਾਉਣ ਇਹਦੀ ਮਾਲਿਸ਼ ਕਰਾਉਣ ਇਹਦੇ ਬਹੁਤ ਵਧੀਆ ਚੀਜ਼ਾਂ ਪਈਆਂ ਹੋਈਆਂ ਨੇ ਅਤੇ ਉੱਥੇ ਵੀ ਅਸਰ ਕਰੂਗੀ ਬਹੁਤ ਕੀਮਤੀ ਚੀਜ਼ਾਂ ਪਈਆਂ ਨੇ ਇਹਦੇ 'ਚ ਅਤੇ ਸੰਗਤ ਜੀ ਤੁਸੀਂ ਦੇਖ ਲਿਆ ਹੈਗਾ ਵੀ ਜਿਹੜਾ ਟਰੱਸਟ ਨੇ ਤੇਲ ਕਰਾ ਤਿਆਰ ਕਰਾਇਆ ਸੀ ਉਹ ਅੱਜ ਵੀ ਓਨੀ ਹੀ ਡਿਮਾਂਡ ਆ ਅੱਜ ਸਵੇਰੇ ਮੈਨੂੰ ਲੱਗਦਾ ਸ਼ਾਇਦ ਅਹਿਮਦਗੜ੍ਹ ਤੋਂ ਵੀਰ ਸੀਗੇ ਉਹਨਾਂ ਦੇ ਕਈ ਪਰਿਵਾਰ ਠੀਕ ਹੋਏ ਨੇ ਅਤੇ ਉਹਨਾਂ ਨੇ ਬਾਹਰੋਂ ਬੈਠਿਆਂ ਨੇ ਮੰਗਾਇਆ ਵਾ ਅਤੇ ਤੁਸੀਂ ਇਹ ਤੇਲ ਲੈ ਸਕਦੇ ਆ 84 377 6515 'ਤੇ ਕਾਲ ਕਰਕੇ ਇਹ ਵੀਡੀਓ ਫੇਸਬੁੱਕ 'ਤੇ ਪਾਊਗੀ ਜੀ ਅਤੇ ਕੋਈ ਵੀ ਵੀਰ ਇੱਥੋਂ ਟਰੱਸਟ ਤੋਂ ਤੇਲ ਲੈ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।